आज साढ़े मेहमान ने विजय कश्यप जी। सत श्रीकाल जी। सत श्रीकाल जी, की हाल चाल है सर? बजी वधिया। कैम? हां दुआ रब दी। आए आए विजय जी, हुन ਤੁਹਾਡੇ ਚਿਹਰਾ ਪਛਾਣ ਲਿਆ ਹੋਣਾ ਲੋਕਾਂ ਦੇ ਸਾਹਮਣੇ, ਵੀ ਹੈਰਾਨ ਹੋ ਗਏ ਹੋਣਗੇ ਵੀ ਪੰਜਾਬੀ ਵੀ ਬੋਲ ਲੱਗਦੇ ਨੇ, ਜਿਹਨਾਂ ਤੋਂ ਅਜੇ ਤੱਕ ਹਿੰਦੀ ਬੋਲਦੇ ਦੇਖਿਆ ਜਾਂ ਬੰਗਾਲੀ ਬਾਬੂ ਬਣੇ ਦੇਖਿਆ ਹੈ ਨਾ ਤਨਾਲੀ ਰਾਮ ਦੇ ਵਿੱਚ, ਤੇ ਉਹਨਾਂ ਨੂੰ ਇਹ ਚੰਭਾ ਹੋਇਆ ਹੋਣਾ ਕਿ ਸਾਡੇ ਪੰਜਾਬੀ ਭਰਾ ਯਾਰ ਪੰਜਾਬੀ ਮੂੰਹ ਕਿਵੇਂ ਲੱਗ ਰਹੇ ਵਿਜੇ ਉਹਨਾਂ ਦੇ। ਹਾਂ ਦਰਅਸਲ ਪੰਜਾਬੀ ਮੈਨੂੰ ਸੋਚਦੇ ਕਿ ਪੰਜਾਬੀ ਨਹੀਂ ਹੈਗਾ। ਅੱਛਾ, ਬਾਕੀ ਇੱਥੇ ਬੰਬੇ ਵਾਲੇ ਆਏ ਵੀ ਤਾਂ ਪੰਜਾਬੀ ਬੋਲਦੇ ਨੇ ਸਾਡੇ ਨਾਲ ਜੀ। ਬਿਲਕੁਲ, ਜਦੋਂ ਤੁਹਾਨੂੰ ਕਿਤੇ ਇੱਥੇ ਕਦੇ ਤੁਹਾਨੂੰ ਲੱਗਦਾ ਹੋਣਾ ਗੁੱਸਾ ਆ ਜਾਂਦਾ ਹੋਣਾ, ਗੁੱਸੇ ਦੇ ਵਿੱਚ ਫਿਰ ਤੁਸੀਂ ਅਕਸਰ ਕਦੇ ਪੰਜਾਬੀ ਨਿਕਲ ਜਾਂਦੇ ਮੂੰਹ? ਹਾਂ ਮਾਂ ਭੈਣ ਨਿਕਲ ਹੀ ਜਾਂਦੀ ਹੈ। ਮਤਲਬ ਗੁੱਸੇ ਦੇ ਤੁਹਾਨੂੰ ਪੰਜਾਬੀ 'ਚ ਵਧੀਆ ਗੁੱਸਾ ਨਿਕਲਦਾ ਨਾ ਮੇਰੇ ਬੰਦੇ ਦਾ, ਵੀ ਮਾਤਰੀ ਭਾਸ਼ਾ 'ਚ ਤਾਂ ਸਭ ਤੋਂ ਚੰਗਾ ਗੁੱਸਾ ਨਿਕਲਦਾ। ਅੱਛਾ, ਤੁਸੀਂ ਆਪਣੇ ਮਤਲਬ ਕਿ ਪਿਛੋਕੜ ਬਾਰੇ ਦੱਸੋ, ਤੁਹਾਡਾ ਪਿੱਤਰੀ ਪਿੰਡ ਕਿਹੜਾ ਜਿਹੜਾ ਤੁਹਾਨੂੰ ਬੋਝ ਨੇ ਤੁਹਾਨੂੰ ਭੇਜਿਆ ਇੱਧਰ? ਮੈਂ ਵੈਸੇ ਤਾਂ ਸ਼ਿਮਲਾ ਦਾ ਰਹਿਣ ਵਾਲਾ ਹੈਗਾ, ਲੇਕਿਨ ਪਿੱਛੋਂ ਫਿਰ ਤੁਸੀਂ ਹੁਸ਼ਿਆਰਪੁਰ ਦੇ ਲਾਗੇ ਇੱਕ ਪਿੰਡ ਹੈਗਾ ਜੇਜੋਂ। ਹਾਂ, ਜੇਜੋਂ ਦੇ ਰਹਿਣ ਵਾਲੇ ਸੀ, ਫਾਦਰ ਉੱਥੋਂ ਸ਼ਿਫਟ ਕਰ ਗਏ ਸੀ ਸ਼ਿਮਲਾ ਜੀ। ਸ਼ਿਮਲਾ ਉਹਨਾਂ ਨੂੰ ਸੈਰ ਵਾਸਤੇ ਗਏ ਸੀ, ਇੰਨਾ ਚੰਗਾ ਲੱਗਿਆ ਪਹਾੜ ਤੇ ਉੱਥੇ ਸ਼ਿਫਟ ਕਰ ਗਏ। ਫਿਰ ਸ਼ਿਮਲੇ ਦਾ ਗੇਟੀ ਥੀਏਟਰ ਜਿਹਦੇ ਨਾਲ ਬਹੁਤ ਪਰਸਨੈਲਿਟੀ ਜੁੜੀਆਂ ਰਹੀਆਂ ਨੇ, ਉਹਦੇ ਨਾਲ ਵੀ ਇੱਕ ਸੰਬੰਧ ਰਿਹਾ ਹੋਣਾ, ਇੱਕ ਰਿਸ਼ਤਾ ਰਿਹਾ ਹੋਣਾ ਤੁਹਾਡਾ? ਜੀ, ਗੇਟੀ ਥੀਏਟਰ ਦੇ ਨਾਲ ਜੁੜੀਆਂ ਹੋਈਆਂ ਬਹੁਤ ਯਾਦਾਂ ਨੇ। ਇੱਕ ਤਾਂ ਬ੍ਰਿਟਿਸ਼ ਆਰਕੀਟੈਕਚਰ ਦੀ ਉਹ ਦੇਣ ਹੈ ਹਿੰਦੁਸਤਾਨ ਨੂੰ ਜੀ। ਇੰਨਾ ਖੂਬਸੂਰਤ ਥੀਏਟਰ ਜੋ ਕਿ ਗਲੋਬ ਥੀਏਟਰ ਤੋਂ ਇੰਸਪਾਇਰ ਹੋਇਆ ਦਾ ਡਿਜ਼ਾਈਨ ਉਹਦਾ ਜੀ। ਬਿਊਟੀਫੁਲ ਬਾਕਸਿਸ, ਬਹੁਤ ਪਿਆਰਾ ਛੋਟਾ ਜਿਹਾ ਆਡੀਟੋਰੀਅਮ, ਬਹੁਤ ਪਿਆਰਾ ਸਟੇਜ ਛੋਟਾ ਜਿਹਾ। ਉੱਥੇ ਕਾਫੀ ਨਾਟਕ ਕੀਤੇ ਜਦੋਂ ਰਾਸ਼ਟਰੀ ਨਾਟਕ ਵਿਦਿਆਲਿਆ 'ਚ ਸੀਗਾ, ਅਤੇ ਕਾਫੀ ਨਾਟਕ ਉੱਥੋਂ ਬੁਲਾਏ ਵੀ ਲੋਕਾਂ ਨੂੰ। ਨਸੀਰੁਦੀਨ ਸ਼ਾਹ, ਓਮਪੁਰੀ, ਮਿਸਟਰ ਮਨੋਹਰ ਸਿੰਘ ਸ਼ਿਮਲਾ ਦੇ ਰਹਿਣ ਵਾਲੇ ਸੀਗੇ, ਅੱਜ ਬਦਕਿਸਮਤੀ ਨਾਲ ਉਹ ਸਾਡੇ ਵਿੱਚ ਨਹੀਂ ਹੈਗੇ, ਉਹਨਾਂ ਨੇ ਵੀ ਉੱਥੇ ਅਸੀਂ ਉਹਨਾਂ ਨਾਲ ਵੀ ਨਾਟਕ ਕੀਤੇ ਉੱਥੇ, ਅਤੇ ਉਹਦੇ ਨਾਲ ਬਹੁਤ ਪਿਆਰੀਆਂ ਯਾਦਾਂ ਜੁੜੀਆਂ ਹੋਈਆਂ। ਅਤੇ ਸ਼ਿਮਲੇ ਨਾਲ ਜੁੜੀਆਂ ਹੋਈਆਂ ਸ਼ਰਾਰਤਾਂ, ਇਹੋ ਜਿਹੇ ਸ਼ਰਾਰਤਾਂ ਜਿਹੜੀ ਵਿਜੇ ਹੋਈ ਖਾਸ ਤੌਰ 'ਤੇ ਜਾਣੇ ਦਿੰਦੇ ਨੇ ਵੀ ਵਿਜੇ ਆ ਰਿਹਾ, ਹੁਣ ਸ਼ਰਾਰਤ ਕਰੋ ਹੀ ਕਰੂਗੇ ਅਸੀਂ, ਕਿਹੜੀ ਕੋਈ ਸ਼ਰਾਰਤ ਕੋਈ ਯਾਦ ਜਿਹੜੀ ਤੁਹਾਨੂੰ ਹੋਵੇ? ਵੈਸੇ ਤਾਂ ਬੜੀਆਂ ਸ਼ਰਾਰਤਾਂ ਕਰਦੇ ਸੀ, ਲੇਕਿਨ ਇੱਕ ਖਾਸ ਸ਼ਰਾਰਤ ਸੀ ਕਿ ਸਾਡੇ ਜਦੋਂ ਰਿਸ਼ਤੇਦਾਰ ਆਉਂਦੇ ਸੀ ਅਤੇ ਉੱਥੇ ਕਸ਼ਮੀਰੀ ਹੱਥੋਂ ਨੇ ਜਿਹੜਾ ਸਮਾਨ ਸਮੂਨ ਚੱਕ ਕੇ ਲਿਜਾਂਦੇ ਨੇ, ਅਤੇ ਉਹਨਾਂ ਅੱਛਾ ਟੂਰਿਸਟ ਆਪਣਾ ਸਮਾਨ ਤਾਂ ਚੱਕ ਨਹੀਂ ਸਕਦੇ, ਵੱਡੇ ਵੱਡੇ ਸੂਟਕੇਸ ਵਗੈਰਾ, ਤਾਂ ਉਹ ਹੱਥੋਂ ਚੁੱਕਦੇ ਨੇ ਔਰ ਉਹ ਹੱਥੋਂ ਬੜਾ ਜ਼ਬਰਦਸਤ ਮਤਲਬ ਚੀਟ ਕਰ ਦਿੰਦੇ ਨੇ ਸੀ ਕਿ 5 ਰੁਪਏ ਦੀ ਜਗ੍ਹਾ 10 ਰੁਪਏ ਲੈ ਲੈ, ਬਈ ਟੂਰਿਸਟ ਹੈ, ਇਹਨਾਂ ਨੂੰ ਕੀ ਪਤਾ ਲੱਗਣਾ, ਨਹੀਂ ਤਾਂ ਹੋਟਲ ਵੀ ਅਸੀਂ ਦਵਾਵਾਂਗੇ ਜੀ। ਅਤੇ ਸਾਡਾ ਕੋਈ ਰਿਸ਼ਤੇਦਾਰ ਅਗਰ ਲੁੱਟਿਆ ਜਾਂਦਾ ਸੀ ਤਾਂ ਸਾਨੂੰ ਬੜਾ ਬੁਰਾ ਲੱਗਦਾ ਸੀ, ਅਤੇ ਅਸੀਂ ਕੀ ਕਰਦੇ ਸੀ, ਕਿਸੇ ਇੱਕ ਦਿਨ ਫੜ ਲੈ, ਅੱਛਾ ਇਹ ਵਾਲਾ ਸੀ ਮਤਲਬ ਖਾਨ, ਕੋਈ ਨਹੀਂ ਇਹਨੂੰ ਹੱਥ ਨੂੰ ਸਬਕ ਸਿਖਾਉਂਦੇ ਹਾਂ। ਮਿਊਨਸਪੈਲਿਟੀ ਦਾ ਡਰੰਮ ਲੁੱਕ ਦਾ, ਸੜਕਾਂ ਬਣ ਰਹੀਆਂ, ਲੁੱਕ ਦੇ ਡਰੰਮ ਪਏ, ਬੁਲਾ ਲੈਣਾ ਆ ਭਾਈ ਹੱਥੋਂ ਇੱਧਰ ਆ, ਇਹ ਡਰੰਮ ਲੈ ਜਾ ਚੁੱਕ ਕੇ ਟੈਲੀਫੋਨ ਐਕਸਚੇਂਜ ਤੱਕ ਲੈ ਚਲਾ ਜਾਈ, ਉੱਥੇ ਹੈਟ ਪਾ ਕੇ ਇੱਕ ਬੰਦਾ ਖਲੋਤਾ ਹੋਏਗਾ, ਉਹਨੂੰ ਦੇ ਦੇਈ, ਉਹ ਤੈਨੂੰ ਤੇਰੀ ਮਜ਼ਦੂਰੀ ਦੇ ਦੇਗਾ। ਉਹ ਜਾ ਕੇ ਟੈਲੀਫੋਨ ਐਕਸਚੇਂਜ 'ਤੇ ਪਹੁੰਚ ਕੇ ਲੁੱਕ ਦੇ ਡਰੰਮ ਲਾ ਕੇ ਲੱਭਦਾ ਰਹਿੰਦਾ ਸੀ ਹੈਟ ਵਾਲਾ ਕਿੱਥੇ, ਹੈਟ ਵਾਲਾ ਕਿੱਥੇ, ਹੈਟ ਵਾਲਾ ਕੋਈ ਹੋਏ ਤਾਂ ਮਿਲੇ। ਮਤਲਬ ਇਸ ਤਰ੍ਹਾਂ ਦੀ ਸ਼ਰਾਰਤ ਦਾ ਬਦਲਾ ਲੈਣਾ ਫਿਰ ਤੁਸੀਂ ਉਹਨਾਂ ਗੱਲਾਂ ਦਾ ਜੀ। ਅਤੇ ਫਿਰ ਉੱਥੇ ਥੀਏਟਰ ਕਰਦੇ ਕਰਦੇ ਅਚਾਨਕ NSD ਦਾ ਤੁਹਾਨੂੰ ਖਿਆਲ ਕਿਵੇਂ ਆਇਆ, ਜਾਂ ਕਿਸੇ ਨੇ ਦੱਸਿਆ ਕਿ ਹੁਣ ਵਿਜੇ ਕਸ਼ਯਪ ਨੂੰ NSD ਜਾਣਾ ਚਾਹੀਦਾ, ਪ੍ਰੋਪਰ ਇੱਕ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾ ਕੇ ਨੈਸ਼ਨਲ ਸਕੂਲ ਆਫ ਡਰਾਮਾ? ਮੈਂ ਕਾਲਜ ਵਿੱਚ ਨਾਟਕਾਂ 'ਚ ਕੰਮ ਕਰਦਾ ਸੀ ਜੀ, ਉਸ ਦੌਰਾਨ ਮਿਸਟਰ ਮਨੋਹਰ ਸਿੰਘ ਆਏ ਹੋਏ ਸੀ ਸ਼ਿਮਲੇ ਆਪਣੇ ਪੁਰਾਣੇ ਦੋਸਤਾਂ ਨਾਲ ਇੱਕ ਨਾਟਕ ਕਰਨ ਵਾਸਤੇ ਜੀ। ਅਤੇ ਉਹਨਾਂ ਦੇ ਇੱਕ ਦੋਸਤ ਸ਼੍ਰੀਨਿਵਾਸ ਜੋਸ਼ੀ, ਉਹਨਾਂ ਨੇ ਮੈਨੂੰ ਬੁਲਾਇਆ ਕਿ ਵੀ ਇੱਕ ਰੋਲ ਹੈ ਨਾਟਕ ਵਿੱਚ, ਹੱਤਿਆ ਇੱਕ ਆਕਾਰ ਕੀ ਨਾਟਕ ਹੈ ਵਿਪਿਨ ਸਹਿਗਲ ਦਾ, ਬਹੁਤ ਹੀ ਜ਼ਬਰਦਸਤ ਨਾਟਕ। ਜਦੋਂ ਮੈਂ ਰਿਹਰਸਲ 'ਤੇ ਪਹੁੰਚਿਆ ਔਰ ਮੈਂ ਮਿਸਟਰ ਮਨੋਹਰ ਸਿੰਘ ਨੂੰ ਇੱਕ ਤਾਂ ਉਹਦੀ ਆਵਾਜ਼, ਉਹਨਾਂ ਦੀ ਵੇਰੀਏਸ਼ਨ, ਉਹਨਾਂ ਦੀ ਸਪੀਚ ਪ੍ਰੈਜੈਂਸ, ਮਤਲਬ ਪਰਸਨੈਲਿਟੀ ਪ੍ਰੈਜੈਂਸ, ਇਹ ਸਭ ਚੀਜ਼ਾਂ ਦੇਖੀਆਂ, ਉਹਨਾਂ ਨੂੰ ਰਿਹਰਸਲ ਕਰਦੇ ਹੋਏ ਦੇਖਿਆ, ਵਕੀਲ ਦਾ ਰੋਲ ਕਰ ਰਹੇ ਸੀ, ਮੇਰੀਆਂ ਤਾਂ ਅੱਖਾਂ ਖੁੱਲੀਆਂ ਰਹਿ ਗਈਆਂ। ਇੱਕ ਹੀ ਦੇਖ ਲਿਆ ਮੈਂ, ਮਤਲਬ ਜੋ ਐਕਟਿੰਗ ਅਸੀਂ ਕਰਦੇ ਹਾਂ ਔਰ ਜੋ ਐਕਟਿੰਗ ਇਹ ਕਰ ਰਹੇ, ਉਹਦੇ 'ਚ ਤਾਂ ਜ਼ਮੀਨ ਆਸਮਾਨ ਦਾ ਫਰਕ ਹੈ। ਉੱਥੋਂ ਮੈਨੂੰ ਫਿਰ ਇੰਸਪੀਰੇਸ਼ਨ ਮਿਲੀ ਕਿ ਨਹੀਂ, ਅਗਰ ਕੁਛ ਕਰਨਾ ਹੈ, ਆਪਣੀ ਕਲਾ ਨੂੰ ਨਿਖਾਰ ਦੇਣਾ ਹੈ, ਤਾਂ ਰਾਸ਼ਟਰੀ ਨਾਟਕ ਵਿਦਿਆਲਿਆ, ਨੈਸ਼ਨਲ ਸਕੂਲ ਆਫ ਡਰਾਮਾ ਵਰਗੀ ਜਗ੍ਹਾ ਜਾਣਾ ਚਾਹੀਦਾ। ਮੈਨੂੰ ਮਨੋਹਰ ਸਿੰਘ ਜੀ ਨੇ ਹੀ ਉੱਥੇ ਦਾ ਪਤਾ ਦਿੱਤਾ ਔਰ ਮੇਰੀ ਮਦਦ ਕੀਤੀ ਕਿ ਮੈਂ ਉੱਥੇ ਦਾਖਲਾ ਲੈ ਸਕਾਂ। ਸ਼ਿਮਲੇ ਦੀਆਂ ਪਹਾੜੀਆਂ ਦੇ ਵਿੱਚ, ਦਿੱਲੀ ਦੇ ਰਸ਼ੀ ਇਲਾਕੇ ਦੇ ਵਿੱਚ ਜਦੋਂ ਇੱਕ ਨਵਾਂ ਮੁੰਡਾ ਜਾਂਦਾ ਵਿਜੇ ਕਸ਼ਯਪ, ਤਾਂ ਕੀ ਮਹਿਸੂਸ ਕਰਦਾ ਉੱਥੇ ਜਾ ਕੇ, ਆਪਣੇ ਆਪ ਨੂੰ ਫਸਿਆ ਫਸਿਆ ਮਹਿਸੂਸ ਕਰਦਾ ਜਾਂ ਉੱਡਦਾ ਹੋਇਆ ਜਿਵੇਂ ਇੱਕ ਪਰਿੰਦਾ ਉੱਡਦਾ ਹੁੰਦਾ? ਉਹ ਪਰਿੰਦਾ ਇੱਥੇ ਆ ਕੇ ਬੜਾ ਕੈਦ ਜਿਹਾ ਮਹਿਸੂਸ ਕਰਦਾ ਸੀ ਸ਼ੁਰੂ ਸ਼ੁਰੂ ਵਿੱਚ, ਕਿਉਂਕਿ ਜੋ ਅਸੀਂ ਪਹਿਲਾਂ ਕੀਤਾ ਸੀ, ਜੋ ਵੀ ਮੈਂ ਕਾਲਜ ਦੇ ਲੈਵਲ 'ਤੇ, ਸਕੂਲ ਦੇ ਲੈਵਲ 'ਤੇ, ਐਮੇਚਿਓਰ ਲੈਵਲ 'ਤੇ ਸ਼ਿਮਲੇ ਕੀਤਾ ਸੀ, ਆਪਣੇ ਆਪ ਨੂੰ ਬੜੇ ਮਤਲਬ ਫੰਨੇ ਖਾਂ ਸੋਚਦੇ ਸੀ, ਉਹ ਲੋਕ ਵੀ ਤਰੀਫ ਬੜੀ ਕਰਦੇ ਸੀ, ਤਾਂ ਲੱਗਦਾ ਸੀ ਵੀ ਸਾਡੇ ਵਰਗਾ ਤਾਂ ਕੋਈ ਹੈ ਨਹੀਂ, ਐਵੇਂ ਕਾਲਰ ਖੜਾ ਹੀ ਰਹਿੰਦਾ ਸੀ, ਕਾਲਰ ਉੱਤੇ ਨਾ ਰਹਿੰਦਾ ਉੱਤੇ ਨੂੰ ਹੀ। ਦਿੱਲੀ ਜਦ ਪਹੁੰਚੇ ਰਾਸ਼ਟਰੀ ਨਾਟਕ ਵਿਦਿਆਲਿਆ, ਉੱਥੇ ਆ ਕੇ ਜਦ ਕਲਾ ਦਾ ਸਤਰ ਦੇਖਿਆ, ਉਹਦਾ
एक रूप देखा, सही रूप देखा, तो मैं अपने आप को बहुत छोटा महसूस करता सी। पहला तो मैं सोचता सी मैं बहुत गलत जगह आ गया, शायद ये फील्ड मेरे वास्ते नहीं है कि। फिर हौले 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 थोड़ा कॉन्फिडेंस आने लग गया। और सब तो वड्डी देन उदित सी श्री इब्राहिम अलकाजी। अच्छा, अलकाजी साहब दी? जी जी, इब्राहिम अलकाजी मेरे गुरु। उन्होंने जो हौसला दिता, उन्होंने अगर एक बार पिठ से हाथ रख दिता तुहाडे, तो तुहानू लगता सी कोई होर इस पिठ नू महीना दो महीने छूए ना। आहा। और अगर उन्हां दा हाथ तुहाडे पिठ से आ गया तो समझ लो कि तुहानू परख लिया उन्होंने, तुहाडे टैलेंट नू देख लिया, जान लिया उन्होंने, हुण इहनू निखार दे। उन्होंने निखार देंगे तो अलकाजी साहब का हाथ गया विजय कश्यप होरां दी पिठ दे उत्ते, ते ओ मिलिया होया थापड़ा एक शिमले दे मुंडे नूं। ओ थापड़े ने उन्हों रास्ता दिखाया बॉम्बे का, बॉम्बे दे विच अपना नाम किवें बनाया। हाँ जी, तुसीं दस्सो सानूं वी बॉम्बे की टिकट लैण दा कदों इरादा कीता? अचानक नैशनल स्कूल ऑफ ड्रामा च पास होते हुंदे साहब जां फिर टाइम लिया? नहीं नहीं, काफ़ी टाइम लिया जी। मैं नैशनल स्कूल ऑफ ड्रामा तो मतलब पढ़न तो बाद उत्थे राष्ट्रीय नाट्य विद्यालय की रेपट्री कंपनी है, छः साल उत्थे काम। उस तो पहला सॉरी मैं एक साल पंजाब ड्रामा रेपट्री। अरे पंजाब ड्रामा रेपट्री तो रहे तुसी? जी, मतलब पंजाबी दे नाटक भी कीते तुसी? मैनूं ऐसे ते गल्ले हिंदी नाल ही जुड़े रहे तुसी, मैं थोड़ा जिहा गुस्सा कर लैणा सी साडे पंजाबी दा नाटक कीते नहीं तुसी, पंजाबी इन्नी सोहणी बोलदे हो। नहीं, इसीलिए नैशनल स्कूल ऑफ ड्रामा तो मैं पहला पंजाब ही गया सी। ओ कि चलो, फिर वो तो अनफॉर्चुनेटली कंपनी बंद ही हो गई, रेपट्री कंपनी। दरवाजा खड़काया और अपना नाम बनाया। मैं क्या डिजाइनिंग भी सीख ली है, क्योंकि मेरा मकसद कभी मुंबई आने का सीखा नहीं। ओके ये सी कि सीख के मैं वापस हिमाचल प्रदेश जावांगा ते नाटक करांगा, उत्थे नाटक करांगा, उत्थे थिएटर नू डिवेलप करांगा। जी, सरकार ने कोई मदद की नहीं, सरकार ने चिट्ठिया का जवाब भी नहीं दिता हिमाचल सरकार ने, तो मैं क्या इतने टाइम वेस्ट करने तो चंगा है कि मैं फिर राष्ट्रीय नाट्य विद्यालय रेपट्री कंपनी अपलाई किया, उत्थे मेरी सिलेक्शन हो गई। जी, तब भी मैं ये सोचता सी कि डिजाइनिंग का छोटा मोटा काम मिलता रहेगा, वो करते रहेंगे, एक्टिंग का चलो क्राउड सीन्स विच इन्होंने खड़े कर देना। लेकिन पहला ही नाटक जिहड़ा उत्थे रणजीत कपूर मेरे बैचमेट ने किया, उहदे विच मैं एक मेन रोल किया। नाटक का नाम सी बेगम कथकिया, पंडित आनंद कुमार का लिखा हुआ है, बेगम कथकिया। जी, बहुत ही खूबसूरत नाटक और इन्ना कमर्शियली हिट होया, मतलब इट वॉज अ बैलेंस ऑफ कॉमर्स एंड आर्ट, यू कैन से मतलब क्रिएटिविटी एंड कॉमर्स। इन्ना मशहूर होया नाटक हो कि टिकट मतलब अनाउंस होंदे बिक जाते, हाउसफुल हो जाता सी। उत्थों मतलब तुसीं कह सकते हो कि मेरी वाकई एज एन एक्टर थिएटर च एक शुरुआत हुई। ते एक तुसीं फिर आपां बॉम्बे वाली गल जिहड़ी शुरू कीती सी, फिर बॉम्बे दा फैसला किवें लिया? क्योंकि रेपर्टरी कंपनी तुसीं 6 साल तो ज़्यादा सर्विस नहीं कर सकते। अच्छा अच्छा, एक मतलब टाइम पीरियड बनया हुंदा ना, तां इन्नी देर तुसीं काम कर सकदे। जी, फिर बंबई दे विच आए ते पहली ब्रेक मैं एक मतलब गोविंद निहलानी जी नाल छोटा जिहा रोल कीता सी, अर्धसत्य विच। अर्धसत्य विच? वाह जी, यूनियन लीडर दा रोल सी ओह कीता सी। उस तो बाद सीता टेलीविजन तो सीगा नहीं है ना, फिर जब टेलीविजन की शुरुआत हुई तो हिंदुस्तान का सब तो पहला सिटकॉम जिहड़ा बनया ये जो है जिंदगी। आ याद आ गया ना तुहानू, कईआं नूं बैठिआं नूं देखिआ ना वी हाँ यार वो देखिआ, कॉमेडी सीरियल चलदा हुंदा सी उहदे विच। फिर तुहाडा रोल किहड़ा करैक्टर सी तुहाडा? भट्टाचार्य। भट्टाचार्य है बंगाली, किवें बोलदे सी? माड़ा बोल के दिखाओ, भट्टाचार्य जी किवें बोलदे सी? बहुत साल हो गए भुल गया मैं, फिर भी थोड़ा याद रहिंदी, पहलीआं यादां जुड़ीआं रहिंदीआं ने। रणजीत बाबू हम बोला के तुम्हारा ये सोफा किधर से आया? जिंदगी। फिर उस तो बाद विजय कश्यप नूं सोचण दा टाइम ही नहीं मिला कि काम किवें आ रहा है, उन्हां कोले ते किवें करी जा रहे ने, फिर फिल्मां दी लाइन लग गई, सीरियल चलते रहे, फिर तो बिजी हो गया होना तुहाडा शेड्यूल बहुत ज्यादा। हाँ बिजी तो सीगा, लेकिन इन्नी कोई लाइन नहीं लगी नहीं फिर भी नहीं, मैं थोड़ा सिलेक्टिव काम करता रहा क्योंकि शुरू तो ये सीगा कि डोंट मेक योरसेल्फ सो इजीली अवेलेबल, ओ करो जो तुहानूं रूह कर दिए करन दी, जी जो तुहानूं इच्छा कर दिए करन दी, जो इच्छा नहीं कर दी
ਉਹਨੂੰ ਨਾ ਕਹਿਣ ਦਾ ਸਾਹਸ ਵੀ ਬਟੋਰੋ। ਜੀ ਜਿਹੜੀ ਆਹ ਤੁਸੀਂ ਗੱਲ ਕਹੀ ਹੈ ਨਾ ਕਹਿਣ ਦੀ ਸਾਹਸ, ਇਹ ਬਹੁਤ ਘੱਟ ਦੇ ਵਿੱਚ ਹੁੰਦੀ ਹੈ ਸਰ। ਮਤਲਬ ਕਿ ਨਾ ਕਹਿਣੀ ਵੀ ਇੱਕ ਆਉਣੀ ਚਾਹੀਦੀ ਹੈ, ਤੁਹਾਨੂੰ ਸਿੱਖਣੀ ਚਾਹੀਦੀ ਹੈ ਕਿ ਨਾ ਕਿਵੇਂ ਕਹਿਣੀ, ਕਿੱਥੇ ਕਹਿਣੀ ਹੈ। ਇਹ ਨਹੀਂ ਕਿ ਹਰੇਕ ਨੂੰ ਨਾ 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 ਇਹ ਸੁਣ ਕੇ ਨਾ ਹੋ ਜਾਏ ਕਿ ਨਾ ਨਾ ਕਰਨੀ। ਉਹ ਨਾ ਨਾ ਹੀ ਕਰ ਦਿੰਦੇ ਨੇ ਚੰਗਾ ਚੰਗਾ ਨਾ 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 ਨਹੀਂ ਐਸਾ ਨਹੀਂ ਹੈ। ਅੱਛਾ ਫਿਰ ਪਹਿਲੀ ਫੀਚਰ ਫਿਲਮ ਤੁਹਾਡੀ? ਪਹਿਲੀ ਫੀਚਰ ਫਿਲਮ ਵੈਸੇ ਤਾਂ ਗਾਂਧੀ ਸੀ। ਗਾਂਧੀ ਜਿਹੜੀ ਪਹਿਲਾਂ ਬਣੀ ਸੀ? ਜੀ 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 ਰਿਚਰਡ ਐਟਨਬਰਾ ਦੀ। ਉਹਦੀ ਬਹੁਤ ਹੀ ਸਾਇਲੈਂਟ ਜਿਹਾ ਰੋਲ ਸੀ। ਆਈ ਵਾਜ਼ ਵਨ ਆਫ ਦਾ ਅਸੈਸਿਨਸ ਨਾਥੂ ਰਾਮ ਗੋਡਸੇ ਦੇ ਨਾਲ ਜਿਹੜੇ ਦੋ ਬੰਦੇ ਸੀ ਇੰਪੋਰਟੈਂਟ ਪੀਪਲ। ਆਈ ਵਾਜ਼ ਸਪੋਜ਼ ਟੂ ਬੀ ਪਲੇਇੰਗ ਵਿਸ਼ਨੂੰ ਆਪਟੇ। ਤੇ ਵਿਸ਼ਨੂੰ ਆਪਟੇ ਦਾ ਰੋਲ ਸੀ, ਉਹਦੇ ਡਾਇਲੋਗ ਤੇ ਕੋਈ ਸੀਗਾ ਨਹੀਂ, ਥੋੜੇ ਕਲੋਜ਼ ਅਪਸ ਵਗੈਰਾ ਸੀਗੇ, ਪ੍ਰੈਜੈਂਸ ਸੀਗੀ ਕਿ ਉਹ ਨਾਲ ਨਾਲ ਹੈਗੇ ਨੇ, ਲੇਕਿਨ ਲੋਕਾਂ ਨੇ ਉਹ ਵੀ ਨੋਟ ਤੇ ਕੀਤਾ ਸੀ। ਤੇ ਉਹ ਤੁਹਾਡੀ ਪਹਿਲੀ ਫਿਲਮ ਜੀ? ਉਸ ਤੋਂ ਬਾਅਦ ਫਿਰ ਜਿਹੜੀਆਂ ਤੁਹਾਡੀਆਂ? ਨਹੀਂ, ਉਸ ਤੋਂ ਪਹਿਲਾਂ ਇੱਕ ਫਿਲਮ ਸੀ ਆਧਾਰਸ਼ਿਲਾ। ਆਧਾਰਸ਼ਿਲਾ ਉਹ ਅਸ਼ੋਕ ਅਹੂਜਾ ਨੇ ਡਾਇਰੈਕਟ ਕੀਤੀ ਸੀ ਜੀ। 1980 ਚੀਜ਼ ਬਣੀ ਸੀ, ਗਾਂਧੀ ਤੋਂ ਪਹਿਲਾਂ ਹੋ ਗਈ ਸੀ। ਉਹਦੇ 'ਚ ਮੈਂ ਇੱਕ ਡਾਕਟਰ ਦਾ ਰੋਲ ਕੀਤਾ ਸੀ, ਮੌਕ ਡਾਕਟਰ ਦਾ। ਜਦੋਂ ਉਹ ਮਤਲਬ ਲੋਕ ਅਗਰ ਕੋਈ ਬੁਖਾਰ ਦਿਖਾਉਣ ਆਉਂਦੇ ਨੇ ਤਾਂ ਉਹ ਪੇਪਰ ਵੇਟ ਹੱਥ 'ਚ ਫੜਾ ਦਿੰਦਾ, ਕਹਿੰਦਾ ਬਹਿ ਜਾ ਉੱਥੇ, ਉਹ ਹੌਲੇ ਹੌਲੇ ਸਾਰਾ ਕਹਿੰਦਾ ਬੁਖਾਰ ਇਹਦੇ 'ਚ ਆ ਜਾਏਗਾ। ਅੱਛਾ, ਐਕਸਰੇ ਕੱਢਣਾ ਹੁੰਦਾ ਪੁਰਾਣਾ ਜਿਹਾ ਫਰਿੱਜ ਰੱਖਿਆ ਸੀ, ਉਹ ਖੋਲ੍ਹ ਕੇ ਕਹਿੰਦਾ ਚੱਲ ਹੱਟ ਜਾ, ਹੋ ਗਿਆ ਤੇਰਾ ਐਕਸਰੇ। ਅੱਛਾ, ਅਤੇ ਤੁਹਾਡਾ ਫਿਲਮਾਂ ਦਾ ਸਫ਼ਰ ਸ਼ੁਰੂ ਹੋ ਗਿਆ, ਨਾਲ ਟੈਲੀਵਿਜ਼ਨ ਚਲੀ ਜਾ ਰਹੀ ਸੀ, ਪਰ ਨਾਟਕ ਨਹੀਂ ਤੁਸੀਂ ਛੱਡਿਆ? ਨਾਟਕ ਨਹੀਂ, ਨਾਟਕ ਦਾ ਮੋਹ ਤੁਹਾਡੇ ਨਾਲ ਰਿਹਾ ਜੀ। ਅਤੇ ਜੇ ਆਪਾਂ ਕਹਿ ਦਈਏ ਕਿ ਵਿਜੇ ਕਸ਼ਯਪ ਅਤੇ ਰੰਗ ਮੰਚ ਆਪਣੇ ਆਪ ਦੇ ਵਿੱਚ ਐਂ ਬੰਨੇ ਹੋਏ ਨੇ, ਤਾਂ ਇਹਦੇ ਵਿੱਚ ਮੇਰਾ ਖਿਆਲ ਕੋਈ ਅੱਤਕਥ ਨਹੀਂ ਜਾਂ ਝੂਠ ਨਹੀਂ ਹੋਏ? ਬਿਲਕੁਲ। ਇਹ ਸਮਾਂ ਕਿਵੇਂ ਕੱਢਦੇ ਰਹੇ ਫਿਰ ਬੰਬੇ ਦੇ ਵਿੱਚ ਰਹਿ ਕੇ ਨਾਲ ਟੀ ਵੀ ਅਤੇ ਸਿਨੇਮਾ ਦਾ ਕੰਮ ਕਰਦੇ? ਨਾਟਕ ਤਾਂ ਕੀ ਹੈ, ਨਾਟਕ ਬੜੀ ਕਮਿਟਮੈਂਟ ਮੰਗਦਾ ਹੈ। ਉਸ ਕਮਿਟਮੈਂਟ ਲਈ ਤੁਹਾਨੂੰ ਮਤਲਬ ਕਈ ਚੀਜ਼ਾਂ ਮਨਾ ਕਰਨੀਆਂ ਪੈਂਦੀਆਂ, ਤੁਹਾਨੂੰ ਕਈ ਕੰਮ ਛੱਡਣੇ ਪੈਂਦੇ ਆ, ਅਤੇ ਉਹ ਜਿੱਥੇ ਤੱਕ ਹੋ ਸਕਦਾ ਹੈ ਕੀਤਾ, ਔਰ ਜਿੱਥੇ ਤੱਕ ਕਮਿਟਮੈਂਟ ਨਿਭਾਈ ਜਾ ਸਕਦੀ ਹੈ ਉਹ ਨਿਭਾਈ, ਨਿਭਾਉਣ ਦੀ ਕੋਸ਼ਿਸ਼ ਕੀਤੀ। ਮਤਲਬ ਨਿਭਾਉਣ ਦੀ ਕੋਸ਼ਿਸ਼ ਜਦੋਂ ਬੰਦਾ ਕਰਦਾ, ਕੋਸ਼ਿਸ਼ ਲਗਨ ਦੇ ਨਾਲ ਕਰਦਾ, ਤਾਂ ਜਿਹੜੀ ਜਿੱਤ ਹੈ, ਜਿਹੜੀ ਉਹਨੂੰ ਤਰੱਕੀ ਹੈ, ਉਹ ਜ਼ਰੂਰ ਮਿਲਦੀ ਹੈ, ਪਰ ਕੋਸ਼ਿਸ਼ ਕਰਨ ਵਾਲੇ ਬਹੁਤ ਘੱਟ ਹੁੰਦੇ ਨੇ। ਸਰ ਮੈਨੂੰ ਐਂ ਦੱਸੋ ਵੀ ਜਿਹੜੇ ਆਹ ਬਾਲ ਨੇ, ਇਹ ਜ਼ਿਆਦਾ ਪੜ੍ਹ ਕੇ ਉੱਡੇ ਨੇ ਜਾਂ ਪੈਸਾ ਜ਼ਿਆਦਾ ਕਮਾ ਲਿਆ, ਜਾਂ ਕੀ ਕਾਰਨ ਹੈ, ਜਾਂ ਕਿ ਮਤਲਬ ਕਿ ਵੀ ਧੁੱਪ ਦੇ ਵਿੱਚ ਹੀ ਉੱਡ ਕੇ ਸ਼ੇਡ ਹੋ ਗਏ? ਨਹੀਂ, ਉਗਣੇ ਬੰਦ ਹੋ ਗਏ ਨੇ, ਉਗਣੇ ਬੰਦ ਹੋ ਗਏ ਨੇ, ਜਾਂ ਕਦੇ ਸ਼ੌਕ ਹੀ ਘਟਾ ਦੇ ਤੁਸੀਂ? ਨਹੀਂ, ਥੋੜ੍ਹੇ ਹੈਗੇ ਨੇ, ਐਸੀ ਗੱਲ ਨਹੀਂ ਹੈ। ਅੱਛਾ, ਲੇਕਿਨ ਹੁਣ ਮੈਨੂੰ ਲੱਗਦਾ ਬੜਾ ਰਾਊਂਡ ਹੈਡ ਨਾ, ਬੜੇ ਥੋੜ੍ਹੇ ਲੋਕਾਂ ਦਾ ਹੁੰਦਾ। ਅੱਛਾ, ਜਦੋਂ ਮੈਂ ਇੱਕ ਵਾਰੀ ਰਾਊਂਡ ਹੈਡ ਕੀਤਾ, ਮੈਂ ਸ਼ੀਸ਼ੇ 'ਚ ਦੇਖਿਆ, ਚੰਗਾ ਲੱਗਿਆ, ਮੈਂ ਕਿਹਾ ਮੈਂ ਇੱਦਾਂ ਹੀ ਰਹਿਣ ਦਿੰਦੇ ਹਾਂ, ਇਹਦਾ ਫਾਇਦਾ ਹੋਰ ਹੈ। ਹਾਂਜੀ, ਕਿ ਪ੍ਰੋਡਿਊਸਰ ਨੂੰ, ਨਹੀਂ ਜੀ ਇਹ ਗੰਜ ਤਾਂ ਠੀਕ ਨਹੀਂ ਲੱਗੇਗੀ ਰੋਲ 'ਚ, ਤਾਂ ਕੋਈ ਗੱਲ ਨਹੀਂ ਜੀ, ਤੁਸੀਂ ਚੈੱਕ ਕੱਟੋ, ਵਿਗ ਮੈਂ ਬਣਵਾ ਲੈਣਾ। ਠੀਕ ਹੈ, ਮਤਲਬ ਵਿਗ ਲਾ ਲਓ, ਜੇ ਤੁਹਾਨੂੰ ਚਾਹੀਦਾ ਹੋ ਜਾਵੇ, ਸਾਰਾ ਗੈਟਅਪ ਚਾਹੀਦਾ ਬਣ ਜਾਂਦਾ। ਬਾਕੀ ਤੁਸੀਂ ਕਹਿੰਦੇ ਰਾਊਂਡ ਹੈਡ ਚੰਗਾ ਲੱਗਿਆ, ਦੇਖੋ ਤੁਹਾਡੇ ਕੋਲ ਰਾਊਂਡ ਹੈਡ ਵੀ ਹੈ, ਅਤੇ ਤੁਹਾਡੇ ਕੋਲ ਹੈਡ ਵੀ ਹੈ ਸਰ, ਕਈਆਂ ਕੋਲ ਤਾਂ ਹੈਡ ਹੁੰਦੇ ਹੀ ਨਹੀਂ, ਤੁਸੀਂ ਦੱਸਿਆ ਮੈਨੂੰ ਕੰਮ ਕਰਦਾ। ਕਾਮੇਡੀ ਦੇ ਖੇਤਰ ਦੇ ਵਿੱਚ ਆਪਾਂ ਜੇ ਪੁਰਾਣੇ ਕਰੈਕਟਰ ਲਈਏ, ਜਿਹਨਾਂ ਦੀ ਟਾਈਮਿੰਗ ਹੁੰਦੀ ਸੀ ਪੁਰਾਣੀਆਂ ਗੱਲਾਂ ਦੇ ਵਿੱਚ, ਰਾਜੇ ਮਹਾਰਾਜੇ ਦੇ ਲਈਏ, ਤਾਂ ਵੀਰਬਲ ਦਾ ਨਾਂ ਬਹੁਤ ਆਉਂਦਾ ਸੀ, ਬਿੱਟੀ ਬਹੁਤ ਸੀਗੇ, ਅਤੇ ਉਹੀ ਬਿੱਟੀ ਕਰੈਕਟਰ ਅਤੇ ਇੱਕ ਬਿੱਟੀ ਮੈਨ, ਇੱਕ ਵਧੀਆ ਐਕਟਰ, ਇੱਕ ਵਧੀਆ ਡਿਜ਼ਾਈਨਰ, ਉਹਨੇ ਡਾਇਰੈਕਸ਼ਨ ਦਾ ਫੈਸਲਾ ਲਿਆ, ਅਕਬਰ ਅਤੇ ਬੀਰਬਲ 'ਤੇ ਇੱਕ ਐਨੀਮੇਟਡ ਫਿਲਮ ਬਣਾਈ ਬੱਚਿਆਂ ਲਈ, ਇਹ ਕਿਵੇਂ ਸੁਪਨਾ ਸੀ ਇੱਕ ਤੁਹਾਡਾ, ਜਾਂ ਅਚਾਨਕ ਖਿਆਲ ਆਇਆ ਦਿਮਾਗ ਦੇ ਵਿੱਚ, ਇਹ ਕਿਵੇਂ ਫੁਰਨਾ ਫੁਰਿਆ ਤੁਹਾਨੂੰ? ਇਹ ਵੀ ਸੁਜੈਸ਼ਨ ਹੈ, ਉਹ ਇੱਕ ਕਮੇਡੀਅਨ ਹੀ ਹੈਗੇ ਨੇ, ਸਤੀਸ਼ ਸ਼ਾਹ। ਅੱਛਾ, ਸਤੀਸ਼ ਸ਼ਾਹ ਦੇ ਦੋਸਤ ਨੇ, ਉਹ ਇੱਕ ਅਕਬਰ ਬੀਰਬਲ 'ਤੇ ਕੁਛ ਐਨੀਮੇਸ਼ਨ ਦੇ ਸਟੋਰੀਜ਼ ਐਪੀਸੋਡ ਬਣਾਉਣਾ ਚਾਹ ਰਹੇ ਸੀ, ਅਤੇ ਮੈਨੂੰ ਸਤੀਸ਼ ਨੇ ਘਰ ਬੁਲਾਇਆ, ਕਿਹਾ ਯਾਰ ਵਿਜੇ ਦੇਖ ਦੇਖ ਲੈ ਜ਼ਰਾ, ਮਤਲਬ ਇਹ ਇਹਨਾਂ ਨੇ ਕੁਛ ਸੋਚਿਆ ਕਰਨ ਦਾ, ਤਾਂ ਮੈਂ ਦੇਖਿਆ ਅਤੇ ਮੈਂ ਕਿਹਾ ਇਹ ਤਾਂ ਪ੍ਰੋਫੈਸ਼ਨਲ ਕੰਮ ਨਹੀਂ ਹੈਗਾ। ਮੈਂ ਕਿਹਾ ਪ੍ਰੋਫੈਸ਼ਨਲ ਕਿੱਦਾਂ ਹੋਏਗਾ ਜੀ, ਮੈਂ ਕਿਹਾ ਮੈਨੂੰ ਫਿਰ ਥੋੜ੍ਹੇ ਦਿਨ ਦਾ ਟਾਈਮ ਦਿਓ, ਮੈਂ ਜ਼ਰਾ ਰਿਸਰਚ ਕਰਦਾ, ਕੁਛ ਕੌਮਿਕਸ ਪੜ੍ਹਦਾ, ਕੁਛ ਕਹਾਣੀਆਂ ਪੜ੍ਹਦਾ, ਅਕਬਰ ਬੀਰਬਲ ਦੇ ਹੋਰ ਕਿੱਸੇ ਕੱਢਦਾ। ਉਹ ਕੱਢਣ ਤੋਂ ਬਾਅਦ ਫਿਰ ਮੈਂ ਦੋ ਤਿੰਨ ਕਿੱਸਿਆਂ ਦੀ ਕਹਾਣੀ ਬਣਾ ਕੇ, ਉਹਦੇ 'ਤੇ ਕੰਮ ਕਰਕੇ, ਸਕ੍ਰੀਨ ਪਲੇ ਐਂਡ ਡਾਇਲੋਗਸ ਬਣਾ ਕੇ ਪ੍ਰੋਪਰ ਜਿਹੜਾ ਹੁੰਦਾ ਉਹ ਦਿੱਤਾ ਜਦ ਉਹਨਾਂ ਨੂੰ, ਤਾਂ ਉਹ ਦੇਖ ਕੇ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਸੀ, ਗੱਲ ਹੀ ਹੋਰ ਹੋ ਗਈ। ਅਤੇ ਉੱਥੇ ਜਿਹੜਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਮਤਲਬ ਇੰਨੇ ਅੱਛੇ ਅੱਛੇ ਡਾਇਰੈਕਟਰਸ ਔਰ ਇੰਨੇ ਅੱਛੇ ਅੱਛੇ ਟੈਕਨੀਸ਼ੀਅਨਸ ਨਾਲ ਕੰਮ ਕੀਤਾ ਹੋਇਆ, ਉਹ ਕੰਮ ਆਇਆ ਜੀ। ਉਹ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਡਾਇਰੈਕਟ ਕਰੋ। ਅਤੇ ਅੱਛਾ, ਕਾਮੇਡੀ ਦੇ ਖੇਤਰ ਦੇ ਵਿੱਚ ਤੁਸੀਂ ਕਿਸ ਐਕਟਰ ਨੂੰ ਲੱਗਦੇ ਹੋ ਯਾਰ ਵੀ ਇਹ ਠੀਕ ਕਾਮੇਡੀ ਕਰਦਾ, ਪੁਰਾਣਿਆਂ 'ਚੋਂ ਨਵਿਆਂ 'ਚੋਂ ਜਿਹਨੂੰ ਲੱਗਦਾ ਹੋਵੇ ਤੁਸੀਂ ਆਪਣੇ ਉਹਦੇ ਕੰਮ ਨੂੰ ਐਪਰੀਸ਼ੀਏਟ ਕਰਦੇ ਹੋਵੋ ਜਾਂ ਉਹ ਤੋਂ ਪ੍ਰਭਾਵਿਤ ਹੁੰਦੇ ਹੋਵੋ, ਕਿਹੜਾ ਇਹੋ ਜਿਹਾ ਐਕਟਰ ਹੈ? ਦੇਖੋ ਜੀ, ਕਾਮੇਡੀ ਦਾ ਰਾਜਾ ਤਾਂ ਚਾਰਲੀ ਚੈਪਲਿਨ ਨਹੀਂ ਹੋਇਆ ਆ ਰਿਹਾ, ਉਸ ਤੋਂ ਬਾਅਦ ਮਾਰਕ ਬ੍ਰਦਰਸ ਨੇ, ਮਾਰਕ ਬ੍ਰਦਰਸ ਕਮਾਲ ਦਾ ਕੰਮ ਕਰਦੇ ਰਹੇ ਨੇ। ਅੱਛਾ ਸਰ, ਤੁਸੀਂ ਇਹ ਦੱਸੋ, ਪੰਜਾਬੀ ਤੁਸੀਂ ਇੰਨੀ ਸੋਹਣੀ ਬੋਲਦੇ ਹੋ, ਤੁਹਾਡਾ ਉਚਾਰਨ ਵੀ ਬਹੁਤ ਜ਼ਿਆਦਾ ਸਹੀ ਹੈ ਪੰਜਾਬੀ ਦਾ, ਨਹੀਂ ਅਕਸਰ ਨਾ ਕੋਲੀ ਕਹਿ ਲੈਂਦੇ, ਪਾਨੀ ਕਹਿੰਦੇ ਆ ਜਾਂ ਹੋਰ ਕਹਿੰਦੇ, ਤੁਹਾਡਾ ਨਾਣਾ ਨੰਨਾ ਬਿਲਕੁਲ ਠੀਕ ਹੈ, ਕਦੇ ਖਿਆਲ ਨਹੀਂ ਦਿਮਾਗ ਦੇ ਵਿੱਚ ਪੰਜਾਬੀ ਫਿਲਮ ਕੀਤੀ ਕੋਈ, ਜਾਂ ਕੋਈ ਇਰਾਦਾ
पंजाबी मैं लिटरेचर पढ़ता जरूर है क्योंकि मैं गुरुमुखी पहला नहीं सी आती फिर सीखी है जी लिखनी पढ़नी मैं कुछ नॉवल पढ़े ने कुछ अच्छे मतलब ऐसा लिटरेचर पढ़िया और रूह कर दी है हूँ कई बार कि पंजाबी की कोई चंगी फिल्म बनाई जाए उसके वास्ते फिर उन्ना कमर्शियल अगर फिल्म नहीं हैगी तो पैसा वापस नहीं आता नहीं पंजाबी सिनेमे का हम सब पैसा वापस होने लग गए हूँ पंजाबी सिनेमा तरक्की कर गया जे कभी दिमाग च ना कद आए भी कीड़ा भी हम पंजाबी फिल्म बनाने मैं याद रखो थोड़ा जहाँ मैंने साइन पहले कर मैं हूँ ही कर तू एक सैकंड अच्छा विजय कश्यप को खिज कि गल तो चढ़ती है चिड़ कि गल तो चढ़ती है किसी भी गलत गल कोई भी गलत गल हो तो खिंच जाना कि रंग वधिया लगता जिंदगी का एक लाइफ चीज़ ऐसी है कि उतार चढ़ाव खिंच प्यार ये सारिया चीजा मतलब रलिया मिलिया ही है रलिया मिलिया है अगर कट कला कला कर दो तो ऐदा हो जाएगा जी दुध चो पानी कटता अगर लाइफ तो तद ही हैगी हर चीज मिली जुली हो अच्छा विजय कश्यप होरी जदों मतलब शिमले जाते होने जे पढ़े होणगे या आंढी गुआढ़ी उन्होंने बच्चे हुण जवान हो गए होणगे जिन्हां नूं पता नहीं हुंदा शिमले दा तुहानूं देख के हैरान हुंदे होणे ने वी यार बॉम्बे वाला बंदा इत्थे किवें फिरदा हाँ हुंदा अक्सर ऐसा हुंदा है कि मतलब ये पुछदे ने लोकी तुसीं इत्थे दे हो जी तो मैं दसना पैंदा हाँ जी मैं शिमले दा रहण वाला हां इत्थे ही पलिया पढ़ा हैगा फलानी जगह घर हैगा तो उन्हां बड़ी खुशी हुंदी है जान के परिवार कोई हो जुड़िया है इस लाइन के मेरे पहला तो फादर ही एक्टर सी अच्छा हाँ लेकिन वो कदे इस लेवल तक नहीं आए रामलीला तक रहे रामलीला नहीं लेकिन वो जिस तरह उस टाइम विच जो नाटक होंदे सी ये कृष्ण दे नाल नाटक विच कृष्ण करदे सी कृष्ण लीला विच जी जी हकीकत राय च हकीकत दा हकीकत राय ड्रामा बहुत ज्यादा जब मशहूर होया ड्रामा ते उहदे च हकीकत राय दा रोल करदे मतलब इह याद घरों ही लग्गा गुड़ती दे विच मिल गई किते ना किते कण पर घरदेयां नूं नहीं पता सी वी इह इन्नी दूर तक चले जाऊगा हाँ लेकिन क्योंकि जो मेरे फादर ने मैनू राष्ट्रीय नाट्य विद्यालय च काम करदे हुए देखिया और साडी देखिया कि इन्ना टाइट शेड्यूल हुंदा इहनां दा रिहर्सल का शो का हर चीज़ आता तुम कई बार बड़ा होंदा सी यार काका मैं तुम्हें बड़ी मुश्किल लाइन च पाता है अच्छा अच्छा मतलब फील करते इस तरह फील करते इस तरह तो विजय कश्यप ने अपना परिवार बनिया तो परिवार के अपने इतने बॉम्बे के जानकारी सू दो की है तो इतने परिवार टब्बर का ही है मैं छड़ा छटाक है अच्छा रन्ना वालिया के पक्कण परौंठे छड़िया की अग ना बले एक तो यह कहते होने ना पर इतने तो परौंठे ही बनते हैं सर वधिया नहीं छड़े जिथे अग बालना चाहन बाल लेंदे ने मां छड़े नो वक्त नु फड़े ये भी गल नहीं है सही है बिल्कुल सही है ते ए सर टाइम नहीं लग्या जा किवें वी रुझे मेने हो गए नहीं संजोग नहीं सी शायद अच्छा मैं संजोग जोरा पर तुसी संजोग दे विच यकीन रखदे हो उस उपर वाले यकीन रखदे बिल्कुल बिल्कुल ते जिहड़ा इक पत्री दिखाउंदे ने एक्टरां नू हुंदा कि आपां आ पा लईए आ छाप छल्ला पा लईए इहदे नाल ग्रह सूत हो जाणगे आ गुरु ठीक हो जाऊगा शुक्र ठीक हो जाऊगा उस दा विश्वास है तुहानूं इस तरह दा कोई थोड़ा बहुत मतलब ये नहीं कहूँगा कि पूरा विश्वास है डेडली नहीं है डेडली नहीं है लेकिन यह है कि थोड़ा बहुत तो कुछ तो हैगा कोई साइंस तो हैगी है या उत्ते वो है मतलब वो तुम मानते हो बिल्कुल तुहाडे आने वाले प्रोजेक्ट कोई नवी फिल्म या सीरियल तुहाडे उन्हां बारे साडे दर्शकों दसो कोई जानकारी एक तो फिल्म रिलीज होने वाली है क्या कहना आपका वो राम बुंदेला ने डायरेक्ट की है उस मैं मुंडे दे प्यो दा रोल कर रहा एक हरियाणवी करैक्टर है हरियाणवी करैक्टर जी अच्छा बहुत अच्छा करैक्टर है मतलब थ्रू आउट फिल्म में चुदा मतलब रोल है गया और बहुत ही इंटरेस्टिंग करैक्टर है गया उस तो अलावा मैं एक सीरियल दी शूटिंग कर रहा है उदेच मैं एक नवाब मतलब हैगा नहीं लेकिन बन गया है अच्छा नवाब दा रोल कीता ते ओ पहला किते नाई सी ते कितों पैसा कोहा हथ आ गया दुकान दुकून बेच के शहर छड़ के दूजे शहर विच आ गया और उत्थे ओ मतलब नकली नवाब बन के रह रहा है और ना लेकिन नवाब हो रहा जांदा है ते उहनां दी आपस किदां घर च तों नहीं असल जो चलदी है उहनां दी मैं नवाबी ठाठ अच्छा नवाबी ठाठ दी गल हो गई तुहाडे उहनां वाले प्रोजेक्टां बारे पता लग गया एक हुण तुसीं जिहड़ी नवीं लाइन फड़ ली है एनीमेशन दी कोई होर प्रोजेक्ट बच्चां दी कोई दिमाग दे विच है कोई तैयार कर रहे हो एनीमेशन च बहुत टाइम लगदा है ते मैं इन्ना इंटरस्टेड नहीं हैगा कि मतलब एनीमेशन विच काम करा लेकिन हाँ मैं अपनी फिल्म दी कहानी लिख रहे हैं जी और कॉमेडी होएगी वो सोशल एक सब्जेक्ट है रिलेशनशिप्स उधर कॉमेडी का एक मतलब असर ओ कॉमेडी मैसेज देगी जी सोशल मैसेज होएगी उस विच जी ਤੁਸੀਂ ਇੰਨੇ ਸਾਡੇ ਨਾਲ ਗੱਲਾਂ ਕੀਤੀਆਂ ਮੈਂ ਤੁਹਾਨੂੰ ਸਵਾਲ ਕਰਦਾ ਰਿਹਾ ਤੁਸੀਂ ਜਵਾਬ ਦਿੰਦੇ ਰਹੇ ਹੁਣ ਤੁਸੀਂ ਆਪਣੀ ਮਰਜ਼ੀ ਦੇ ਨਾਲ ਸਾਡੇ ਦਰਸ਼ਕਾਂ ਨਾਲ ਜੋ ਗੱਲ ਸਾਂਝੀ ਕਰਨਾ ਚਾਹੁੰਦੇ ਤੁਹਾਨੂੰ ਖੁੱਲੀ ਛੁੱਟੀ ਹੈ ਸਰ ਜੋ ਮਰਜ਼ੀ ਕਰ ਕਰੋ ਦੇਖੋ ਜੀ ਮੈਂ ਤੇ ਐਕਟਰ ਹਾਂ ਮੈਨੂੰ ਤੇ ਜੋ ਸਕ੍ਰਿਪਟ ਦਿੱਤੀ ਜਾਂਦੀ ਹੈ ਉਹ ਰੱਟ ਰੁੱਟ ਕੇ ਬੋਲ ਦਿੰਦਾ ਬਾਕੀ ਦਰਸ਼ਕਾਂ ਨੂੰ ਮੈਂ ਇਹ ਕਹਿ ਸਕਦਾ ਮੇਰੀ ਹਾਰਦਿਕ ਸ਼ੁਭਕਾਮਨਾਵਾਂ ਸਭ ਨੂੰ ਤੁਸੀਂ ਇੰਨੀ ਦੇਰ ਮੈਨੂੰ ਸੁਣਿਆ ਮੈਨੂੰ ਬਰਦਾਸ਼ਤ ਕੀਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਵਿਜੇ ਕਸ਼ਮ ਜੀ ਤੁਸੀਂ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਖਿਚਤੂ ਦੇ ਲਈ ਕਿਵੇਂ ਲੱਗੇ ਜੀ ਅੱਜ ਦੀਆਂ ਗੱਲਾਂ ਬਾਤਾਂ ਅੱਜ ਆਪਾਂ ਗੱਲਬਾਤ ਕੀਤੀ ਰੰਗ ਮੰਚ ਟੀਵੀ ਤੇ ਸਿਨੇਮਾ ਦੇ ਜਾਣੇ ਪਹਿਚਾਣੇ ਅਦਾਕਾਰ ਵਿਜੇ ਕਸ਼ਮ ਜੀ ਨਾਲ ਉਹਨਾਂ ਦੀ ਇਹ ਮੁਲਾਕਾਤ ਕਿਵੇਂ ਲੱਗੀ ਤੁਹਾਨੂੰ ਆਪਣੇ ਵਿਚਾਰ ਜ਼ਰੂਰ ਭੇਜਣੇ ਇਸ ਦੇ ਨਾਲ ਹੀ ਰਾਣਾ ਰਣਵੀਰ ਨੂੰ ਦਿਓ ਆ ਕੇ ਅਗਲੇ ਹਫ਼ਤੇ ਨਵੇਂ ਮਹਿਮਾਨ ਦੇ ਨਾਲ ਨਵੇਂ ਕਲਾਕਾਰ ਦੇ ਨਾਲ ਮਿਲਦੇ ਹਾਂ ਤਦ ਤੱਕ ਲਈ ਰੱਬ ਰਾਖਾ ਜੀ।